ਭਾਈ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਕੁੰਦਰ ਕੌਰ ਸਿੰਘ ਤੁਹਾਡਾ ਸਾਰਿਆਂ ਦਾ ਜੀ ਆਇਆਂ ਮੇਰੇ ਚੈਨਲ ਦੇ ਉੱਤੇ ਆ ਦੇ ਤੁਸੀਂ ਦੇਖ ਸਕਦੇ ਹੋ ਡਬਲ ਬੈੱਡ ਦਾ ਕੰਬਲ ਆ ਆ ਦੇਖ ਸਕਦੇ ਹੋ ਤੁਸੀਂ ਇਹਨੂੰ ਧੋਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਜਾਂਦੀ ਹੈ ਹਨਾ ਅਤੇ ਮੈਂ ਤੁਹਾਨੂੰ ਇੱਦਾਂ ਦਾ ਤਰੀਕਾ ਦੱਸੂੰਗੀ ਜਿਹਦੇ ਵਿੱਚ ਕੰਬਲ ਧੋਣ ਦੀ ਤੁਹਾਨੂੰ ਬਿਲਕੁਲ ਲੋੜ ਨਾ ਪਵੇ ਇੱਕ ਵਾਰੀ ਧੋ ਲਿਆ ਤਾਂ ਠੀਕ ਹੈ ਨਹੀਂ ਤਾਂ ਸਾਨੂੰ ਮਹੀਨੇ ਦੋ ਮਹੀਨੇ ਬਾਅਦ ਕੰਬਲ ਧੋਣਾ ਹੀ ਪੈਂਦਾ ਹੈ ਹਨਾ ਕਿਉਂਕਿ ਗੰਦਾ ਹੋ ਜਾਂਦਾ ਕਦੀ ਬੱਚੇ ਕੋਲ ਸਮਾਨ ਸੁੱਟ ਦਿੰਦੇ ਕਦੀ ਕੋਈ ਹਨਾ ਅਤੇ ਇਸ ਕਰਕੇ ਹੁਣ ਮੈਂ ਤੁਹਾਨੂੰ ਕਿੱਦਾਂ ਦਾ ਤਰੀਕਾ ਦੱਸੂੰਗੀ ਕਿ ਤੁਸੀਂ ਤੁਹਾਨੂੰ ਕੰਬਲ ਧੋਣ ਦੀ ਬਿਲਕੁਲ ਵੀ ਇੰਨੀ ਜ਼ਿਆਦਾ ਲੋੜ ਨਹੀਂ ਪੈਣੀ ਹੈਗੀ ਇੱਕ ਵਾਰੀ ਕੰਬਲ ਧੋ ਲਿਆ ਤਾਂ ਸਾਲੋ ਸਾਲ ਤੱਕ ਤੁਸੀਂ ਰੱਖ ਸਕਦੇ ਹੋ ਕੰਬਲ ਧੋਣ ਦੇ ਝੰਝਟ ਤੋਂ ਬਿਲਕੁਲ ਤੁਹਾਨੂੰ ਛੁਟਕਾਰਾ ਮਿਲ ਜਾਣਾ ਹੈ ਅਤੇ ਚਲੀ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਆਹ ਬੈੱਡਸ਼ੀਟ ਲੈ ਕੇ ਆਈ ਹਾਂ ਕਵਰ ਲੈ ਕੇ ਆਈ ਹਾਂ ਸਰਦੀਆਂ ਦੀ ਸ਼ੋਪਿੰਗ ਜਿਹੜੀ ਮੈਂ ਕੀਤੀ ਸੀਗੀ ਅਤੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਆਹ ਮੈਂ ਲੈ ਕੇ ਆਈ ਹਾਂ ਰਜਾਈਆਂ ਦੇ ਕਵਰ ਤੁਸੀਂ ਦੇਖ ਸਕਦੇ ਹੋ ਜਿਹੜੇ ਅੱਜ ਕੱਲ੍ਹ ਕਾਫੀ ਟ੍ਰੈਂਡ ਚੱਲਦਾ ਪਿਆ ਇਹਨਾਂ ਦਾ ਸੁਨੀਲ ਦੇ ਕੰਬਲ ਆ ਆਹ ਦੇਖੋ ਤੇ ਇੱਕ ਮਿੰਟ ਤੇ ਆਹ ਵੀ ਸੁਨੀਲ ਦੇ ਮੈਂ ਲੈ ਕੇ ਆਈ ਹਾਂ ਕੰਬਲ ਟਾਈਪ ਗਲਾਫ ਆਹ ਦੇਖੋ आ देख सकते हो कलर कितना प्यारा है आ देखो देख ही ले है। दो लेके आई हाँ रजाई वास्ते लैके तो मैं चार पांच आई हूँ वैसे आ पूरा सैट लैके आई हाँ रजाई वास्ते लैके आई हाँ लैके आई हाँ आ कंबल वास्ते जे मैं आ गुलाफ लैके कंबल के उत्ते चढ़ा देवांगी ਇਹਦੇ ਨਾਲ ਇਹ ਹੁੰਦਾ ਹੈ ਕਿ ਵੀ ਤੁਹਾਨੂੰ ਵਾਰ ਵਾਰ ਕੰਬਲ ਧੋਣ ਦਾ ਨਾ ਜਿਹੜਾ ਕੰਮ ਹੁੰਦਾ ਨਾ ਉਹ ਨਹੀਂ ਕਰਨਾ ਪੈਂਦਾ ਹੈਗਾ ਇਹਨੂੰ ਝਾੜਨ ਦਾ ਤਰੀਕਾ ਵੀ ਬਹੁਤ ਸੌਖਾ ਹੈ ਆਹ ਜਿਹੜਾ ਆਪਣਾ ਗਲਾਫ ਹੈਗਾ ਨਾ ਇਹਨਾਂ ਨੂੰ ਇੱਦਾਂ ਕੋਨੇ ਆ ਤੇ ਇਹਨਾਂ ਨੂੰ ਕੋਨੇ ਇਹਨਾਂ ਦੇ ਇੱਦਾਂ ਬਾਹਰ ਕੱਢ ਲੈਣੇ ਆ ਸਭ ਕੋਨਾ ਇਹਦਾ ਸਾਈਡ ਤੇ ਇੱਦਾਂ ਕੱਢ ਲਓ ਕੰਬਲ ਦਾ ਕੋਨਾ ਇੱਕ ਸਾਈਡ ਦਾ ਪਾੜ ਲਓ ਅਤੇ ਇੱਕ ਸਾਈਡ ਦਾ ਫੜ ਲਓ ਰਜਾਈ ਦਾ ਕੋਨਾ ਬਹੁਤ ਸਿੰਪਲ ਤਰੀਕੇ ਨਾਲ ਤੁਸੀਂ ਚੜ੍ਹਾ ਸਕਦੇ ਹੋ ਇੱਦਾਂ ਰਜਾਈਆਂ ਨੂੰ ਗਲਾਫ ਆ ਦੇਖੋ ਇੱਕ ਇੱਧਰਲੀ ਸਾਈਡ ਦਾ ਪਾੜ ਲਓ ਬਸ ਹੁਣ ਮੈਂ ਇਹਨੂੰ ਕੀ ਕਰਾਂਗੀ ਵਿਛਾਵਾਂਗੀ ਇੱਦਾਂ ਅਤੇ ਮਿੰਟਾਂ ਦੇ ਵਿੱਚ ਆਪਣੇ ਰਜਾਈ ਦਾ ਗਲਾਫ ਚੜ੍ਹ ਕੇ ਤਿਆਰ ਹੋ ਜਾਣਾ ਹੈ ਅਤੇ ਜਿਹੜੇ ਇੱਧਰ ਦੇ ਕੋਨੇ ਆ ਇਹਨਾਂ ਦੇ ਅੱਧਲੇ ਸਾਈਡ ਦੇ ਉਹ ਕੋਨੇ ਆ ਨੂੰ ਕੱਢ ਕੇ ਅਤੇ ਆਹ ਵਾਲੇ ਕੋਨੇ ਇਹਨਾਂ ਦੇ ਵਿੱਚ ਆਪਾਂ ਐਡਜਸਟ ਕਰ ਦੇਵਾਂਗੇ ਬਹੁਤ ਸਿੰਪਲ ਤਰੀਕਾ ਗਲਾਫ ਚੜ੍ਹਾਉਣ ਦਾ ਇਹ ਰੋਜ਼ ਆਪਣੇ ਗਲਾਫ ਚੜ੍ਹ ਕੇ ਹੋ ਗਿਆ ਬਿਲਕੁਲ ਰੈਡੀ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਆਪਣੀ ਰਜਾਈ ਦੀ ਰਜਾਈ ਹੋ ਗਈ ਗਲਾਫ ਦੀ ਗਲਾਫ ਹੋ ਗਿਆ ਰਜਾਈ ਦਾ ਰਜਾਈ ਹੋ ਗਈ ਕੰਬਲ ਦਾ ਚਾਦਰ ਦੀ ਚਾਦਰ ਤੁਸੀਂ ਦੇਖ ਸਕਦੇ ਹੋ ਦੇਖੋ ਆਹ ਦੇਖੋ ਅਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਆਹ ਬੈੱਡਸ਼ੀਟ ਇਹ ਵੀ ਸਰਦੀਆਂ ਵਾਲੀ ਆ ਇਹਦੀ ਲੰਬਾਈ ਚੌੜਾਈ ਕਾਫੀ ਆ 500 ਦੀ ਚਾਦਰ ਆਈ ਸੀ ਵਿਦ ਪਿੱਲੋ ਕਵਰ ਤੁਸੀਂ ਦੇਖ ਸਕਦੇ ਹੋ ਦੇਖੋ ਬੈੱਡ ਦੇ ਚਾਰੇ ਪਾਸੇ ਇੱਥੋਂ ਸਸਤੀਆਂ ਵੀ ਮਿਲਦੀਆਂ ਪਰ ਜਿਹੜੀ ਤੋਂ ਸਸਤੀਆਂ ਹੁੰਦੀਆਂ ਨਾ ਉਹ ਬੈੱਡ ਦੇ ਮਤਲਬ ਪੂਰੀਆਂ ਨਹੀਂ ਆਉਂਦੀਆਂ ਹੈਗੀਆਂ ਆਹ ਦੇਖ ਸਕਦੇ ਕਿੰਨੀ ਸੋਹਣੀ ਲੱਗਦੀ ਹੈ ਵਿਛੀ ਉਹ ਚਾਦਰੇ ਵੀ ਦੀ ਵਿਛਾ ਕੇ ਦੇਖ ਆਹ ਦੇਖੋ ਥੱਲੇ ਵੀ ਕਾਫੀ ਲਮਕੀ ਹੋਈ ਹੈ ਸਾਈਡਾਂ 'ਤੇ ਅਤੇ ਨਾਲ ਹੀ ਜਿਹੜਾ ਮੈਂ ਕੰਬਾ ਰੱਖਿਆ ਸੀਗਾ ਉਹ ਵੀ ਇਹਦੇ ਨਾਲ ਰੱਖ ਦਿੰਦੀ ਆ ਪਿੱਲੋ ਵੀ ਰੱਖ ਦਿੰਦੀ ਫੇਰ ਬਾਅਦ ਵਿੱਚ ਤੁਹਾਡੇ ਨਾਲ ਤੁਹਾਨੂੰ ਦਿਖਾਉਂਦੀ ਹੈ ਵਾਲੀ ਚਾਦਰ ਅਤੇ ਲਓ ਜੀ ਅਤੇ ਬੈੱਡ ਦੇ ਉੱਤੇ ਮੈਂ ਮਤਲਬ ਜਿਹੜੀ ਬੈੱਡ ਸ਼ੀਟ ਵਿਛਾਈ ਇਹਦੇ ਨਾਲ ਦਾ ਕੰਬਾ ਰਜਾਈ ਟਾਈਪ ਜਿਹੜਾ ਬਣਾਇਆ ਮੈਂ ਉਹ ਰੱਖਣ ਲੱਗੀ ਹਾਂ ਤਾਂ ਕਿ ਦੇਖਣ ਹੋਰ ਵੀ ਜ਼ਿਆਦਾ ਸੋਹਣਾ ਲੱਗੇ ਅਤੇ ਚਾਦਰ ਹੀ ਵੈਸੇ ਮੈਂ ਤੁਹਾਨੂੰ ਟੈਂਪਰੇਰੀ ਵਿਛਾ ਕੇ ਦੱਸਦੀ ਪਈ ਹਾਂ ਅਤੇ ਸਹੀ ਢੰਗ ਨਾਲ ਨਹੀਂ ਮੈਂ ਵਿਛਾਉਂਦੀ ਪਈ ਹਾਂ ਸਿਰਫ ਤੁਹਾਨੂੰ ਦੱਸਦੀ ਪਈ ਵੀ ਕਿੰਨੀਆਂ ਸੋਹਣੀਆਂ ਚਾਦਰ ਦਾ ਕਿੰਨਾ ਸੋਹਣਾ ਲੱਗਦਾ ਅਤੇ ਆਪਣੇ ਮਤਲਬ ਕਮਰੇ ਦਾ ਲੋਬੀ ਦਾ ਲੁੱਕ ਕਿੰਨਾ ਚੇਂਜ ਹੋ ਜਾਂਦਾ ਹੈ ਦੇਖੋ ਮੈਂ ਹੁਣ ਸਰਾਣੇ ਵੀ ਰੱਖ ਦਿੱਤੇ ਆ ਦੇਖੋ ਕਿੰਨਾ ਵਧੀਆ ਲੁੱਕ ਆਉਂਦਾ ਪਿਆ ਮੈਂ ਬਿਲਕੁਲ ਨੇੜੇ ਦੇ ਦੱਸ ਦਿੰਦੀ ਹਾਂ ਹੁਣ ਦੇਖੋ ਕਿੰਨਾ ਵਧੀਆ ਲੱਗਦਾ ਪਿਆ
आ देखो है ना, बहुत बढ़िया चादर है ये, चादर कंबल। हाँ देखो बहुत ज़्यादा सॉफ्ट है, बहुत ज़्यादा सॉफ्ट, तो मतलब बैठने लगे भी बड़ा सोहना लगता है। कंबल भी है जिदा, अजय मैं टांके नहीं लगाए इदा है, तो आ देखो कितना ज्यादा सॉफ्ट है एंड मैचिंग है, कोई कह नहीं सकता भी यह अलग है या आ अलग है, बहुत सोहना है ये। मतलब अलग अलग मैं ले सके, मैं लगता मैं या 1000 का पै गया से पूरा सैट यह, मैं मतलब पिछलियाँ सर्दियाँ जो खत्म हुई सी जा ले सी गर्मियों के नेड़े तेड़े। यदा कलर देखो किन्ना प्यारा है, मल्टी शेड पै जाता है, तो आ जिधर अपने पैर वगैरह होने तो इधर कॉफी कलर आ जाता है, ये भी चादर बहुत सोहनी है, सर्दियों के इधर ही चादर चल जाए। तो पहली चा दूजी चादर जी थोड़ा मैं दिखा लगी हाँ, तो कंबल तो रजाई मैं चक के सैड पर रख दी है, मैं कहा चलो आ वाली चादर थोड़ा शेयर करना, भी चादर बहुत वधिया मैंने बहुत ज़्यादा पसंद आई सी। तो आ देख लो जी बहुत वधिया कलर है चादर का, इन्हें आपका पिलो कवर भी सी, बट वो मैं पिलो कवर मतलब रखे नहीं इतने, सिर्फ थोड़ा दिखाने वास्ते वो कवर रखे हो, तो आ देखो कितनी वधिया लगती है चादर, तो मतलब लोबी में बहुत वधिया लुक आता है बेडशीट नाल। तो लो जी फटाफट तुम आओ वाला भी दस दम, आ भी मैं गिलाफ लिया सीगा, आ देखो बाकी गिलाफ बिच ही मैं कड़े नहीं है अजे, तो आ देख सकते तुसी सिर्फ दो गिलाफ से दो चादर कड़िया मैं, एक गिलाफ और सची मैं कटिया मैं देख दी एक गिलाफ और, आ देखो ये मैनू बहुत वधिया लग्या गिलाफ, सिंगल गिलाफ आ बहुत सोहना, आ देखो नीले रंग का वाइट कलर के फ्लावर नेड़े ते दिखा दूंगी थोनों कितना प्यारा लगता है। चलो जी ये मेरी शॉपिंग सी जी मैं पहला की हुई सी, चलो मैं हूँ मतलब चादर बिछाने से गुलाफ रजाइया चढ़ाने से कंबलों चढ़ाने से मैं थोड़ा शेयर कर लवा, तो चंगा जी हूँ अपनी वीडियो इतने समाप्त कर, वीडियो चंगी लगी लाइक शेयर कमेंट जरूर कर दिया, थोड़े दिखा बैल आइकन बटन जरूर प्रेस करो ताकि जड़ी वीडियो अपलोड करा वह नोटिफिकेशन थोड़ा जल्दी से जल्दी मिल जाए। चंगा जी हंसते वसते रहो, रब राखा, जय किसान जय जवान, किसान एकता जिंदाबाद।